कौन फटा बुला दो एक मिनट रुको जी कोयले बंदे फोटो खिंचा ना उधर उधर कर आओ इतने आप चेको
बुलाओ सारे। हेलो हेलो अगला बस ये मैनेजर है छापा मारी की इस बारे अज मैं नरेंद्र सिंह बिट्टू शिवसेना समाजवादी का वाइस चेयरमैन युवा का अज जो जलासी जंक्शन के कोल रेड की गई है उत्थे मौके पर उस टाइम मैं अंदर बैठा सीगा हुक्केबार दे विच हुक्के चल रहे थे काफ़ी हुक्के चल रहे 16-17 हुक्के लगे हुए थे जिद सारी पब्लिक दौड़ गई जिदा अभी 6-7 मुंडे अंदर फड़े गए सर जिद सारी टीम साढ़े नरेंद्र थापड़ जी बंटी जी असी सारे जने ने इकट्ठे जाके पुलिस नू मौके पर ले जाके रेड करवाई जबकि पुलिस कर्मचारी अंदर नहीं गए थे असी धक्के ना अंदर गए पहला साड़ी शिवसेना अंदर गई उस तो बाद असी जाके रेड की। हाँ सर की नाम अपना? मेरा नाम नरेंद्र थापर दादो सर की समाजवादी मैं पंजाब चेयरमैन हाँ मेरे नाल मेरी सारी टीम शिवसेना समाजवादी तो है असी एक छोटी जी मुहिम चलाई हुई है कि जेडे नौजवान युवक युवतियाँ अजक एक नवा ट्रेंड चल गया हुक्का बार की आड़ नशा करते हैं तो नशे उत्ते साडा हमेशा ही साडे कोल जो कोशिश है कि नशा बंद होवे असी अज चौंकी आईसी बस स्टैंड चौंकी चार साहब को किदा का ताडे एरिया हुक्का चल रहा कहिंदे मैनू नॉलेज है नहीं कि मैं रेड नहीं करना असी बड़ो जद्दोजहदी करके असी आप जाके नाल इन्हां नाल जाके असी रेड कराई है ये खुद रेड असी आप नाल जाके कराई है तो असी उत्थे पींदे हुए खुद लोगों के जिहड़े हुक्के जलदे हुए वो नाल पकड़वाए है मैनेजर नाल पकड़ाया कुछ बंदे जो जूतियां नाल पकड़वाए है
ਤੇ ਅਸੀਂ ਜਾਣੇ ਆ ਕਿ ਇਹਨਾਂ ਦੇ ਪਰਚਾ ਹੋਵੇ ਤੇ ਇਹ ਜਿਹੜਾ ਹੁੱਕਾ ਬਾਰ ਹੈ ਇਹ ਸੀਲ ਕੀਤਾ ਜਾਵੇ ਕਿੱਥੇ ਰੇਡ ਕਿੱਥੇ ਕੀਤੀ ਇਹ ਗਲਾਸੀ ਜੰਕਸ਼ਨ ਆ ਇੱਥੇ ਚੱਲ ਰਿਹਾ ਇੱਕ ਕਿੰਨੇ ਲੜਕੇ ਲੜਕੀਆਂ ਉਹਦੇ ਚੋਂ ਕੁਝ ਤੇ ਭੱਜਣ 'ਚ ਕਾਮਯਾਬ ਹੋ ਗਏ ਤੇ ਕੁਝ ਸ਼ੀਸ਼ੇ ਸ਼ੂਸ਼ੇ ਤੋੜ ਕੇ ਪਿੱਛੋਂ ਗੇਟ ਹੈਗਾ ਇਹਨਾਂ ਦਾ ਖੁਫੀਆ ਗੇਟ ਇਹਨਾਂ ਰੱਖਿਆ ਹੋਇਆ ਕੁਛ ਹੋਵੇ ਤਾਂ ਭੱਜ ਜਾਂਦਾ ਜੀ ਤੇ ਉਹ ਗੇਟ ਤੋੜ ਕੇ ਭੱਜ ਪੁੱਜ ਗਏ ਆ ਤੇ ਬਾਕੀ 6-7 ਜਣੇ ਪਕੜੇ ਗਏ ਤੇ ਸਰ ਜਿਹੜੇ ਤੁਸੀਂ ਆਏ ਚੌਂਕੀ ਆਏ ਹੋ ਤੁਹਾਨੂੰ ਕਿਹਨਾਂ ਨੇ ਮਨਾ ਕੀਤਾ ਆ ਸਾਨੂੰ ਚੌਂਕੀ ਇੰਚਾਰਜ ਸੇਵਾ ਸਿੰਘ ਹੈਗੀ ਉਹਨਾਂ ਨੇ ਮਨਾ ਕੀਤਾ ਕਿ ਮੈਨੂੰ ਇਸ ਬਾਰੇ ਕੋਈ ਨੌਲੇਜ ਮੈਂ ਰੇਟ ਨਹੀਂ ਕਰਨਾ ਅਸੀਂ ਫਿਰ ਬੜੀ ਜੁੱਦੋ ਜੁੱਦੀ ਕਰਕੇ ਅਤੇ ਇਹਨਾਂ ਕੋਲ ਬੜੀ ਮੁਸ਼ਕਲ ਰੇਟ ਮਾਲਕ ਦਾ ਪਤਾ ਲੱਗਾ ਰੈਸਟੋਰੈਂਟ ਦਾ ਕੋਈ ਮਾਲਕ ਦਾ ਕੋਈ ਪਤਾ ਨਹੀਂ ਨਾ ਸਾਨੂੰ ਮਾਲਕ ਨਾਲ ਲੈਣਾ ਦੇਣਾ ਵੀ ਨਹੀਂ ਸਾਨੂੰ ਤਾਂ ਇਹ ਹੈ ਕਿ ਹੁੱਕੇ ਬਾਹਰ ਚੱਲਦੇ ਅਸੀਂ ਉਹ ਬੰਦ ਗਾਣੇ ਸਾਨੂੰ ਕਿਸੇ ਪੋਲੀਟੀਕਲ ਕਿਸੇ ਮਾਲਕ ਨਾਲ ਨਾ ਸਾਡੀ ਕੋਈ ਖੁੰਦਕ ਨਾ ਸਾਡੀ ਕਿਸੇ ਲੱਗਦੀ ਹੈ ਸਾਡਾ ਤਾਂ ਇਹ ਕਿ ਸਮਾਜ ਬਚੇ ਨੌਜਵਾਨ ਬਚਣ ਯੁਵਕ ਯੁਵਤੀਆਂ ਜਿਹੜੇ ਕਿ ਇਸ ਨਸ਼ੇ ਨੂੰ ਸੇਵਨ ਕਰ ਰਹੇ ਆ ਉਹ ਬਚਣ ਜਿਹੜਾ ਗਲਾਸੀ ਜੰਕਸ਼ਨ ਆ ਨੇੜੇ ਬੱਸ ਸਟੈਂਡ ਉੱਥੇ ਅੱਜ ਰੇਡ ਕੀਤੀ ਗਈ ਸੀ ਉੱਥੋਂ ਕੁਝ ਇਤਰਾਜ਼ਯੋਗ ਜਿਹੜਾ ਸਮਾਨ ਮਿਲਿਆ ਉਹਨੂੰ ਵੈਰੀਫਾਈ ਕੀਤਾ ਅਤੇ ਜਿਹਦੇ ਜਿਹਦੇ ਖਿਲਾਫ ਜਿਹੜਾ ਜਿਹੜਾ ਐਪਲੀਕੇਸ਼ਨ ਲੱਗਿਆ ਉਹਨੂੰ ਅਸੀਂ ਉਸਦੇ ਖਿਲਾਫ ਲੀਗਲੀ ਐਕਸ਼ਨ ਕਰ ਰਹੇ ਹਾਂ ਅਤੇ ਨਾਲ ਅਸੀਂ ਜਿਹੜੀ ਫੂਡ ਸੈਂਪਲਿੰਗ ਦੀ ਜਿਹੜੀ ਆ ਟੀਮ ਬਣਾਈ ਹੈ ਇਹਦਾ ਸੈਂਪਲਿੰਗ ਕਰਾ ਰਹੇ ਹਾਂ ਸਰ ਕੀ ਬਰਾਮਦ ਹੋਇਆ ਜੀ ਉੱਥੋਂ ਉਹਦੇ ਵਿੱਚ ਕੁਛ ਹੁੱਕਾ ਬਾਰ ਨਾਲ ਸੰਬੰਧਿਤ ਹੁੱਕਾ ਚਿਲਮ ਅਤੇ ਕੁਛ ਤਮਾਕੂ ਵਗੈਰਾ ਹੈਗਾ ਹੁਣ ਉਹ ਹੈਗਾ ਕਿ ਨਹੀਂ ਹੈਗਾ ਇਹ ਅਸੀਂ ਉਹ ਪ੍ਰੂਵ ਕਰਾ ਰਹੇ ਹਾਂ ਉਹਨਾਂ ਨੂੰ ਟੀਮ ਬੁਲਾਈ ਹੈ ਅਤੇ ਜਿਹੜਾ ਫੈਂਸ ਦੇ ਅੰਡਰ ਆਇਆ ਉਹਦੇ ਖਿਲਾਫ ਹੁਣ ਐਕਸ਼ਨ ਕਰ ਰਹੇ ਸਰ ਲੜਕੀਆਂ ਵੀ ਸੀ ਉੱਥੇ ਨਹੀਂ ਉੱਥੇ ਰਸ਼ ਤਾਂ ਉਹ ਖਾਣ ਪੀਣ ਵਾਲੇ ਹੋਰ ਵੀ ਆਏ ਹੋਏ ਨੇ ਸਰ 5-6 ਜਿਹੜੇ ਹੈਗੇ ਕਿੰਨੇ ਰਸ਼ ਕੀਤੇ ਸਰ ਇਹਦੇ 'ਚ 6 ਜਣੇ ਹੈਗੇ ਔਰ ਮੌਕੇ 'ਤੇ ਸਰ 3 ਲੜਕੀਆਂ ਸੀ ਇੱਕ ਕੈਬਨ 'ਚ ਬੈਠੀਆਂ ਹੋਈਆਂ ਸੀ ਨਹੀਂ ਉੱਥੇ ਜਿੱਥੇ ਓਪਨ ਪਲੇਸ ਆ ਕੋਈ ਵੀ ਆ ਸਕਦਾ ਜਾ ਸਕਦਾ ਉੱਥੇ ਸਰ ਕਿੱਦਾਂ ਜਿਹੜੇ ਬੰਦੇ ਰਾਊਂਡ ਅਪ ਕੀਤੇ ਕਿੱਦਾਂ ਦੀ ਫੈਮਿਲੀ ਦੇ ਨਹੀਂ ਇਹਦਾ ਫੈਮਿਲੀ ਗਰਾਊਂਡ ਕਿਸੇ ਦਿਨ ਕੋਈ ਚੈੱਕ ਕੀਤਾ ਗਿਆ ਅੱਜ ਮੈਂ ਪਹੁੰਚਿਆ ਹੀ ਹਾਂ ਆਪਣੀ ਸ਼ੋਹਰਤ ਕਮਾਉਣ ਵਾਸਤੇ ਇੱਧਰ ਉੱਧਰ ਭੜਕਾ ਰਹੇ ਪਰ ਮੈਨੂੰ ਨਹੀਂ ਪਤਾ ਇਹ ਗੱਲ ਕਿਹਨੇ ਕਹੀ ਆ ਪਰ ਜਿਹੜਾ ਵੀ ਇਹ ਗੱਲ ਕਰਦਾ ਰਿਹਾ ਉਹ ਸਾਡੇ ਵਾਸਤੇ ਕੋਈ ਮਿਹਣਾ ਨਹੀਂ ਰੱਖਦੀ ਪੁਲਿਸ ਨੇ ਆਪਣੀ ਡਿਊਟੀ ਵਧੀਆ ਤਰੀਕੇ ਕਰ ਰਹੇ ਉਹ ਕਰਦੀ ਰਹੂਗੀ ਕੀ ਕਾਰਵਾਈ ਕੀ ਕਰ ਰਹੇ ਹਾਂਜੀ ਕਾਰਵਾਈ ਕੀ ਕਰ ਰਹੇ ਜੋ ਉਹਦੇ ਖਿਲਾਫ ਅਫੈਂਸ ਬਣਦਾ ਕਰਦੇ ਨਾ